ਸਟੂਡੈਂਟਸ ਲਰਨਿੰਗ ਇਜ਼ ਫਨ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸੋ ਅੱਜ ਅਸੀਂ ਸਮਾਜਿਕ ਸਿੱਖਿਆ ਦੇ 8ਵੀਂ ਕਲਾਸ ਦੇ ਪਾਠ 11 ਦਸਤਕਾਰੀ ਅਤੇ ਉਦਯੋਗ ਦੇ ਐਮਸੀਕਿਊਜ਼ ਕਰਾਂਗੇ ਸੋ 让我们 ਸਟਾਰਟ ਫਰੋਮ ਫਰਸਟ ਕੁਐਸਚਨ ਭਾਰਤ ਵਿੱਚ ਪਹਿਲਾ ਪਰਸਨ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ਭਾਰਤ ਵਿੱਚ ਪਹਿਲਾ ਪਰਸਨ ਉਦਯੋਗ 1854 ਈਸਵੀ ਵਿੱਚ ਸੈਰੰਗਪੁਰ ਬੰਗਾਲ ਦੇ ਵਿੱਚ ਲਗਾਇਆ ਗਿਆ ਨੈਕਸਟ ਕੁਐਸਚਨ ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ 1853 ਈਸਵੀ ਵਿੱਚ ਮੁੰਬਈ ਦੇ ਵਿੱਚ ਲਗਾਇਆ ਗਿਆ ਜਿਹੜਾ ਭਾਰਤ ਵਿੱਚ ਸੂਤੀ ਕੱਪੜੇ ਦਾ ਉਦਯੋਗ ਹੈਗਾ ਉਹ 1853 ਦੇ ਵਿੱਚ ਮੁੰਬਈ ਦੇ ਵਿੱਚ ਸਭ ਤੋਂ ਪਹਿਲਾਂ ਲਗਾਇਆ ਗਿਆ ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਅਤੇ ਕਿੱਥੇ ਲਗਾਇਆ ਕਿੱਥੇ ਲਗਾਇਆ ਗਿਆ ਭਾਰਤ ਵਿੱਚ 커피 ਦਾ ਪਹਿਲਾ ਬਾਗ 1840 ਈਸਵੀ ਵਿੱਚ ਦੱਖਣੀ ਭਾਰਤ ਦੇ ਵਿੱਚ ਲਗਾਇਆ ਗਿਆ 1840 커피 ਦਾ ਪਹਿਲਾ ਬਾਗ ਕਦੋਂ ਤੇ ਕਿੱਥੇ ਲਗਾਇਆ ਗਿਆ 1840 ਈਸਵੀ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਲਗਾਇਆ ਗਿਆ ਨੈਕਸਟ ਕੁਐਸਚਨ ਚਾਹ ਦਾ ਪਹਿਲਾ ਬਾਗ ਕਦੋਂ ਤੇ ਕਿੱਥੇ ਲਗਾਇਆ ਗਿਆ ਚਾਹ ਦਾ ਪਹਿਲਾ ਬਾਗ 1852 ਈਸਵੀ ਵਿੱਚ ਅਸਾਮ ਵਿੱਚ ਲਗਾਇਆ ਗਿਆ ਜਦੋਂ ਬੇਟੇ ਅੰਗਰੇਜ਼ ਭਾਰਤ ਦੇ ਵਿੱਚ ਆਏ ਤੇ ਅੰਗਰੇਜ਼ਾਂ ਨੇ ਜਿਹੜੀ ਸਾਡੀ ਇੱਥੋਂ ਦੀ ਖੇਤੀਬਾੜੀ ਸੀ ਉਹਦਾ ਵਪਾਰੀਕਰਨ ਕਰ ਦਿੱਤਾ ਵਪਾਰੀਕਰਨ ਦਾ ਮਤਲਬ ਹੁੰਦਾ ਕਿ ਵਪਾਰ ਦੇ ਪੱਖ ਤੋਂ ਉਹਨਾਂ ਨੇ ਫਸਲਾਂ ਜਿਹੜੀਆਂ ਗਆਂ ਉਹਦੇ ਵਿੱਚੋਂ ਕੁੱਝ ਫਸਲਾਂ ਜਿਹੜੀਆਂ ਉਹਨਾਂ ਨੇ ਨਵੀਆਂ ਇੱਥੇ ਸਟਾਰਟ ਕੀਤੀਆਂ ਪਹਿਲਾਂ ਇਹ ਭਾਰਤ ਦੇ ਵਿੱਚ ਨਹੀਂ ਸੀ ਹੁੰਦੀਆਂ ਜਿਦਾਂ ਚਾਹ ਵਾ ਭਾਰਤ ਦੇ ਵਿੱਚ ਪਹਿਲਾਂ ਨਹੀਂ ਹੁੰਦੀ ਸੀ ਔਰ ਉਹਨਾਂ ਨੇ ਅਸਾਮ ਦੇ ਵਿੱਚ ਚਾਹ ਦੇ ਬਾਗ ਲਗਾਏ ਔਰ ਕੌਫੀ ਜਿਹੜੀ ਆ ਉਹ ਵੀ ਭਾਰਤ ਦੇ ਤੱਟਵਰਤੀ ਭਾਗਾਂ ਦੇ ਵਿੱਚ ਜਿਹੜੇ ਕੌਫੀ ਦੇ ਬਾਗ ਵੀ ਲਗਾਏ ਗਏ ਇਹ ਫਸਲਾਂ ਕਿਉਂਕਿ ਉਹਨਾਂ ਨੂੰ ਆਪਣੇ ਲਈ ਚਾਹੀਦੀਆਂ ਸੀ ਆਪਣੇ ਵਪਾਰ ਦੇ ਲਈ ਕਿਉਂਕਿ ਪ੍ਰਮੁੱਖ ਰੂਪ ਦੇ ਵਿੱਚ ਜਿਹੜੇ ਅੰਗਰੇਜ਼ ਹੈਗੇ ਹੀ ਉਹ ਵਪਾਰੀ ਹੀਗੇ ਔਰ ਸਦਾ ਵਪਾਰੀ ਹੀ ਰਹੇ ਉਹ ਭਾਰਤ ਦੇ ਵਿੱਚ ਰਾਜਦਾਨਾਂ ਵੀ ਉਹਨਾਂ ਦਾ ਮੇਨ ਮੰਤਬ ਇਹੀ ਰਿਹਾ ਕਿ ਭਾਰਤ ਦੇ ਵਿੱਚੋਂ ਕਿਵੇਂ ਜੜਾ ਵਾ ਧਨ ਧਨ ਦੀ ਜਿਆਦਾ ਤੋਂ ਜਿਆਦਾ ਨਿਕਾਸੀ ਕਰਨੀ ਹੈ ਕਿਵੇਂ ਜਿਆਦਾ ਤੋਂ ਜਿਆਦਾ ਭਾਰਤੋਂ ਧਨ ਕਮਾ ਕੇ ਇੰਗਲੈਂਡ ਦੇ ਵਿੱਚ ਲੈ ਕੇ ਜਾਣਾ ਵਾ ਔਰ ਇਸ ਲਈ ਉਹਨਾਂ ਨੇ ਭਾਰਤ ਦੀ ਭੂਮੀ ਦਾ ਜਿਹੜੀ ਭਾਰਤ ਦੀ ਖੇਤੀਬਾੜੀ ਹੀ ਉਹਦਾ ਵੀ ਵਣਜੀਕਰਨ ਵਪਾਰੀਕਰਨ ਕਰ ਦਿੱਤਾ ਔਰ ਉਹਦੇ ਤਹਿਤ ਉਹਨਾਂ ਨੇ ਇੱਥੋਂ ਦੀ ਇੱਥੋਂ ਵੀ ਫਸਲਾਂ ਜਿਹੜੀਆਂ ਉਹ ਉਗਾਉਣੀਆਂ ਸ਼ੁਰੂ ਕਰਤੀਆਂ ਜਦੋਂ ਕਪਾਹ ਜ਼ਿਆਦਾ ਉਗਾਉਣੀ ਲਗਾਉਣ ਲੱਗੇ ਉਹ ਚਾਹ ਜ਼ਿਆਦਾ ਉਗਾਉਣ ਲੱਗੇ ਕੌਫੀ ਜ਼ਿਆਦਾ ਉਗਾਉਣ ਲੱਗੇ ਜਿਹਦੇ ਨਾਲ ਉਹਨਾਂ ਨੂੰ ਵਪਾਰ ਦੇ ਵਿੱਚ ਜ਼ਿਆਦਾ ਬੈਨੀਫਿਟ ਮਿਲਦਾ ਸੀ ਨੈਕਸਟ ਕੁਐਸਚਨ ਤੇ ਮੂਵ ਕਰਾਂਗੇ ਬਿਗਾ ਜ਼ਮੀਨ ਦਾ ਇੱਕ ਮਾਪ ਹੈ ਜਿਸ ਵਿੱਚ 5 ਕਨਾਲਾਂ ਹੁੰਦੀਆਂ ਹਨ ਬਿਲਕੁਲ ਸਹੀ ਹੈ ਗਾਵਾ ਬਿਗਾ ਜਿਹੜਾ ਬਾ ਜ਼ਮੀਨ ਦਾ ਇੱਕ ਮਾਪ ਆ ਇਹਦੇ ਵਿੱਚ 5 ਕਨਾਲਾਂ ਹੁੰਦੀਆਂ ਵਾ ਨੈਕਸਟ ਕੁਐਸਚਨ ਤੇ ਮੂਵ ਕਰਾਂਗੇ ਲਗਭਗ 4000 ਸਾਲ ਪਹਿਲਾਂ ਲੋਕ ਕਪੜਾ ਬੁਣਨਾ ਜਾਣਦੇ ਸਨ ਬਿਲਕੁਲ ਸਹੀ ਹੈਗਾ ਵਾ ਲੋਕ ਜਿਹੜਾ ਕਪੜਾ ਬੁਣਨਾ ਜਾਣਦੇ ਹੈਗੇ ਅਜ ਤੋਂ 4000 ਸਾਲ ਪਹਿਲਾਂ ਤੇ ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਜਿਹੜਾ ਵਾ ਕਪੜੇ ਦੀ ਬੁਣਤੀ ਦੇ ਵਿੱਚ ਭਾਰਤ ਦਾ ਜਿਹੜਾ ਕਪੜਾ ਵਾ ਕੁਆਲਿਟੀ ਦੇ ਪੱਖ ਤੋਂ ਪੂਰੀ ਦੁਨੀਆ ਦੇ ਵਿੱਚ ਫੇਮਸ ਹੈਗਾ ਹੈ ਯੂਰਪ ਦੇ ਮੈਕਸਿਮਮ ਦੇਸ਼ਾਂ ਦੇ ਵਿੱਚ ਜਿਹੜਾ ਵਾ ਭਾਰਤ ਤੋਂ ਹੀ ਸੂਤੀ ਕਪੜਾ ਜਿਹੜਾ ਵਾ ਵਜਾਂਦਾ ਸੀ ਔਰ ਕੁਝ ਕੁਝ ਜਿਹੜੀਆਂ ਅੰਗਰੇਜ਼ ਰਾਈਟਰ ਹੈਗੇ ਉਹਨਾਂ ਨੇ ਇਥੋਂ ਤੱਕ ਲਿਖਿਆ ਵਾ ਕਿ ਜਿਹੜਾ ਭਾਰਤ ਦਾ ਕਪੜਾ ਵਾ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਵਾ ਇੰਗਲੈਂਡ ਇੰਗਲੈਂਡ ਜਾਂ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਜਾ ਰਿਹਾ ਵਾ ਕਿ ਜਿੱਥੇ ਉਹਨਾਂ ਦੀ ਰਸੋਈ ਰਸੋਈ ਘਰ ਤੋਂ ਲੈ ਕੇ ਬੈਡਰੂਮ ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ ਜਿਹੜਾ ਵਾ ਸੂਤੀ ਕਪ ਸੂਤੀ ਕਪੜਾ ਜਿਹੜਾ ਵਾ ਭਾਰਤ ਦਾ ਉਹ ਪਹੁੰਚ ਜਾਵਾ ਇਹਦਾ ਮਤਲਬ ਇਹ ਹੀ ਕਿ ਭਾਰਤ ਤੋਂ ਜਿਹੜੀ ਆ ਜਿਹੜਾ ਭਾਰਤ ਦਾ ਸੂਤੀ ਕਪੜਾ ਹੀ ਉਹਦੀ ਡਿਮਾਂਡ ਜਿਹੜੀ ਹੀ ਉਹ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਸੀ ਔਰ ਇੰਗਲੈਂਡ ਦੇ ਵਿੱਚ ਵੀ ਭਾਰਤ ਦੇ ਸੂਤੀ ਕੱਪੜੇ ਦੀ ਜਿਹੜੀ ਹੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਸੀ ਭਾਰਤ ਉਹ ਜਿਹੜਾ ਸੀ ਬਹੁਤ ਜ਼ਿਆਦਾ ਜਿਹੜਾ ਬਿਜ਼ਨਸ ਆ ਸੂਤੀ ਕੱਪੜੇ ਦਾ ਕੀਤਾ ਜਾਂਦਾ ਸੀ ਇੱਥੋਂ ਦੇ ਵਪਾਰੀ ਜਿਹੜੇ ਉੱਥੇ ਸੂਤੀ ਕੱਪੜਾ ਜਾ ਕੇ ਵੇਚਦੇ ਸੀ ਔਰ ਉੱਥੋਂ ਪ੍ਰੋਫਿਟ ਲੈਂਦੇ ਸੀ ਬਾਅਦ ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਭਾਰਤ 'ਤੇ ਰਾਜ ਹੋਇਆ ਫਿਰ ਉਹਨਾਂ ਨੇ ਉਹ ਜਿਹੜਾ ਸੀ ਸਾਡਾ ਸਿਸਟਮ ਜਿਹੜਾ ਬਣਿਆ ਸੀ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੈਕਸ ਜਿਹੜੇ ਲਗਾ ਦਿੱਤੇ ਭਾਰਤ ਦੇ ਵਪਾਰੀਆਂ ਦੇ ਉੱਤੇ ਜਦੋਂ ਇੰਗਲੈਂਡ ਦੇ ਵਿੱਚ ਉਹ ਜਾਂਦਾ ਸੀ ਉਹਨਾਂ ਦਾ ਸਮਾਨ ਉਹ ਉੱਥੇ ਜਾ ਕੇ ਬੜਾ ਮਹਿੰਗਾ ਹੋਣ ਲੱਗਿਆ ਉਹਦੇ ਉੱਤੇ ਟੈਕਸ ਇੰਨੀ ਜ਼ਿਆਦਾ ਉੱਥੇ ਐਂਟਰੀ ਦੇ ਉੱਤੇ ਲਗਾ ਦਿੱਤੇ ਜਾਂਦੇ ਹਨ ਜਿਸ ਦੇ ਨਾਲ ਹੌਲੀ-ਹੌਲੀ ਜਿਹੜਾ ਸੀ ਭਾਰਤ ਦਾ ਜਿਹੜਾ ਕੱਪੜੇ ਦਾ ਉਦਯੋਗ ਸੀ ਦੇਸੀ ਤੌਰ ਤੇ ਉਹ ਖਤਮ ਹੋ ਗਿਆ ਉਹਦਾ ਪਤਨ ਹੋ ਗਿਆ ਔਰ ਅੰਗਰੇਜ਼ਾਂ ਵੱਲੋਂ ਉਦਯੋਗੀਕਰਨ ਦੇ ਤਹਿਤ ਜਦੋਂ ਫਿਰ ਉਹਨਾਂ ਦੇ ਵਿੱਚ ਇੰਡਸਟਰੀ ਆਈ ਉਹਨਾਂ ਨੇ ਜਿਹੜਾ ਸੀ ਕੱਪੜਾ ਜਿਹੜਾ ਵਾ ਆਪਣਾ ਬਣਾਇਆ ਇੱਥੋਂ ਕੱਚਾ ਮਾਲ ਕਪਾਹ ਦੇ ਰੂਪ ਚ ਲੈ ਜਾਂਦੇ ਸੀ ਤੇ ਉੱਥੋਂ ਇੰਗਲੈਂਡ ਦੇ ਵਿੱਚੋਂ ਤਿਆਰ ਮਾਲ ਕਰਕੇ ਉਹਨਾਂ ਨੇ ਫਿਰ ਭਾਰਤ ਦੇ ਵਿੱਚ ਵੀ ਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਵੀ ਉਹਨੂੰ ਵੇਚ ਕੇ ਬਹੁਤ ਜ਼ਿਆਦਾ ਜਿਹੜਾ ਪ੍ਰੋਫਿਟ ਕਮਾਇਆ ਪਰ ਇਹਦੇ ਨਾਲ ਜਿਹੜਾ ਭਾਰਤ ਦਾ ਜਿਹੜਾ ਹੀ ਪਹਿਲਾਂ ਸੂਤੀ ਕੱਪੜੇ ਦਾ ਉਦਯੋਗ ਹੀ ਉਹਦਾ ਪਤਨ ਹੋ ਗਿਆ ਨੈਕਸਟ ਕੁਐਸਚਨ ਤੇ ਜਾਵਾਂਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਲੱਗੂ ਉਦਯੋਗਾਂ ਦੇ ਪਤਨ ਲਈ ਜ਼ਿੰਮੇਵਾਰ ਨਹੀਂ ਸੀ ਇਹਨਾਂ ਦੇ ਵਿੱਚ ਹੈਗਾ ਜੀ ਨਵੀਂ ਪੀੜ੍ਹੀ ਦੇ ਲੋਕਾਂ ਦੁਆਰਾ ਲਘੂ ਉਦਯੋਗਾਂ ਦੇ ਮਾਲ ਨੂੰ ਪਸੰਦ ਕਰਨਾ ਇਹ ਜਿਹੜਾ ਪਤਨ ਦੇ ਲਈ ਜ਼ਿੰਮੇਵਾਰ ਨਹੀਂ ਸੀ ਕਿਉਂਕਿ ਜਿੰਨਾ ਤੁਹਾਨੂੰ ਮੈਂ ਉੱਪਰ ਵੀ ਦੱਸਿਆ ਕਿ ਜਿਹੜੇ ਲਘੂ ਉਦਯੋਗ ਜਿੰਨਾ ਕਪੜਾ ਉਦਯੋਗ ਸਾਡਾ ਪਤਨ ਹੋਇਆ ਉਹ ਤੇ ਪਤਨ ਹੋਣ ਦੇ ਕਾਰਨ ਕੀ ਸੀ ਦੇਸੀ ਰਿਆਸਤਾਂ ਦੀ ਸਮਾਪਤੀ ਹੋ ਗਈ ਸੀ ਭਾਰਤੀ ਲਘੂ ਉਦਯੋਗਾਂ ਦਾ ਤਿਆਰ ਵਸਤਾਂ ਦਾ ਮੁੱਲ ਵੱਧ ਹੋਣ ਲੱਗਾ ਕਿਉਂਕਿ ਹੱਥ ਨਾਲ ਬਣਾਉਂਦੇ ਸੀ ਉਹਦੇ ਵਿੱਚ ਬਣਾਉਣ ਦੇ ਵਿੱਚ ਸਮਾਂ ਜ਼ਿਆਦਾ ਲੱਗਦਾ ਸੀ ਔਰ ਜਿਹੜਾ ਵਾ ਪ੍ਰੋਫਿਟ ਉਹ ਜਿਹੜੀ ਫਿਰ ਚੀਜ਼ ਆ ਮਹਿੰਗੀ ਹੋ ਜਾਂਦੀ ਸੀ ਜਦੋਂ ਸਮਾਂ ਜ਼ਿਆਦਾ ਲੱਗਦਾ ਸੀ ਮਿਹਨਤ ਜ਼ਿਆਦਾ ਲੱਗਦੀ ਸੀ ਲੇਬਰ ਜ਼ਿਆਦਾ ਲੱਗਦੀ ਸੀ ਔਰ ਉਹਦੇ ਤੇ ਜਿਹੜਾ ਖਰਚਾ ਫਿਰ ਜ਼ਿਆਦਾ ਆਂਦਾ ਹੈ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ ਉਹਨਾਂ ਨੇ ਸ਼ੁਰੂ ਕਰਤਾ ਇਹ ਵੀ ਉਹਦੇ ਪਤਨ ਦਾ ਕਾਰਨ ਹੈਗਾ ਇਹ ਮਸ਼ੀਨੀ ਵਸਤਾਂ ਦੀ ਸਫਾਈ ਵੱਧ ਹੋਣਾ ਤੁਹਾਨੂੰ ਦੱਸਿਆ ਕਿ ਇੰਗਲੈਂਡ ਦੇ ਵਿੱਚ ਜਾਂ ਯੂਰਪੀ ਦੇਸ਼ਾਂ ਦੇ ਵਿੱਚ ਜਿਹੜਾ ਉਦਯੋਗੀਕਰਨ ਪਹਿਲਾਂ ਆ ਗਿਆ ਔਰ ਪਹਿਲਾਂ ਉਦਯੋਗੀਕਰਨ ਆਉਣ ਦੇ ਕਾਰਨ ਕੀ ਹੋਇਆ ਕਿ ਉਹਨਾਂ ਨੇ ਦੂਜੇ ਦੇਸ਼ਾਂ ਦੇ ਵਿੱਚ ਵੀ ਆਪਣੇ ਹੌਲੀ-ਹੌਲੀ ਵਪਾਰ ਜਿਹੜਾ ਕਰਾਂਦੇ ਲਈ ਹੋਰ ਦੇਸ਼ਾਂ ਦੇ ਵਿੱਚ ਵੀ ਗਏ ਫਿਰ ਉਹਨਾਂ ਨੇ ਉੱਥੇ ਆਪਣੀਆਂ ਬਸਤੀਆਂ ਵੀ ਸਥਾਪਿਤ ਕਰ ਲਈਆਂ ਪਰ ਮੂਲ ਰੂਪ ਦੇ ਵਿੱਚ ਉਹਨਾਂ ਦਾ ਇੱਕੋ ਹੀ ਮੰਤਵ ਰਿਹਾ ਮਕਸਦ ਰਿਹਾ ਕੀ ਵਪਾਰ ਦੇ ਵਿੱਚ ਵੱਧ ਤੋਂ ਵੱਧ ਪ੍ਰੋਫਿਟ ਜਿਹੜਾ ਪ੍ਰਾਪਤ ਕਰਨਾ ਤੇ ਧਨ ਜਿਹੜਾ ਵਾ ਆਪਣੇ ਦੇਸ਼ ਇੰਗਲੈਂਡ ਦੇ ਵਿੱਚ ਲੈ ਕੇ ਜਾਣਾ ਸੋ ਜਿਹੜਾ ਲਘੂ ਜੋਗਾਂ ਦੇ ਪਤਨ ਦਾ ਜ਼ਿੰਮੇਵਾਰ ਨਹੀਂ ਹੈਗਾ ਸੀ ਕਾਰਨ ਉਹ ਇਹੀ ਹੈਗਾ ਵਾ ਨਵੀਂ ਪੀੜੀ ਦੇ ਲੋਕਾਂ ਦੁਆਰਾ ਲਘੂ ਜੋਗਾਂ ਦੇ ਮਾਲ ਨੂੰ ਪਸੰਦ ਕਰਨਾ ਨੈਕਸਟ ਰਾਣੀ ਗਾਂਜ ਵਿੱਚ ਕਿਹੜੀਆਂ ਖਾਣਾ ਹਨ ਰਾਣੀ ਗਾਂਜ ਵਿੱਚ ਕੋਲੇ ਦੀਆਂ ਖਾਣਾ ਹਨ ਕੋਲੇ ਦੀਆਂ ਖਾਣਾ ਇਹ ਪ੍ਰਸ਼ਨ ਤਾਂ ਦੂਜੇ ਤਰੀਕੇ ਵੀ ਆ ਸਕਦਾ ਕੋਲੇ ਦੀਆਂ ਖਾਣਾ ਕਿੱਥੇ ਹਨ ਤੇ ਇਹਦਾ ਆਨਸਰ ਆਏਗਾ ਰਾਣੀ ਗਾਂਜ ਵਿੱਚ ਰਾਣੀ ਗਾਂਜ ਵਿੱਚ ਕਿਹੜੀਆਂ ਖਾਣਾ ਹਨ ਕੋਲੇ ਦੀਆਂ ਖਾਣਾ ਹਨ ਨੈਕਸਟ ਕੁਐਸਚਨ ਤੇ ਮੂਵ ਕਰਾਂਗੇ ਆਪਾਂ 18ਵੀਂ ਸਦੀ ਦੇ ਅੰਤ ਵਿੱਚ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਨੀਲ ਦੀ ਪੈਦਾਵਾਰ ਬੰਗਾਲ ਤੇ ਬਿਹਾਰ ਵਿੱਚ ਸ਼ੁਰੂ ਹੋਈ ਹੈ ਬਿਲਕੁਲ ਸਹੀ ਹੈਗਾ ਵਾ 18ਵੀਂ ਸਦੀ ਦੇ ਅੰਤ ਵਿੱਚ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ ਬਿਲਕੁਲ ਸਹੀ ਆਨਸਰ ਹੈ ਇਹਦਾ ਇੰਗਲੈਂਡ ਵਿੱਚ ਉਦਯੋਗੀ ਕ੍ਰਾਂਤੀ ਕਿਹੜੀ ਸਦੀ ਵਿੱਚ ਆਈ ਇੰਗਲੈਂਡ ਵਿੱਚ ਉਦਯੋਗੀ ਕ੍ਰਾਂਤੀ ਦੀ ਗੱਲ ਕਰੀਏ ਤੇ 18ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਜਿਹੜੀ ਆ ਉਹ ਆ ਗਈ ਸੀ ਨੈਕਸਟ ਕੁਐਸਚਨ ਤੇ ਮੂਵ ਕਰਾਂਗੇ 19ਵੀਂ ਸਦੀ ਵਿੱਚ ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਛੋਟੇ-ਛੋਟੇ ਉਦਯੋਗਾਂ ਦਾ ਪਤਨ ਹੋਣ ਕਰਕੇ ਭਾਰਤੀ ਕਾਰੀਗਰ ਡੈਸ਼ ਹੋ ਗਏ ਡੈਸ਼ ਹੋ ਗਏ ਮਤਲਬ ਬੇਕਾਰ ਹੋ ਗਏ ਠੀਕ ਹੈ ਭਾਰਤੀ ਸ਼ਹਿਰਾਂ ਤੇ ਪਿੰਡਾਂ ਦੇ ਛੋਟੇ ਉਦਯੋਗਾਂ ਦਾ ਪਤਨ ਹੋਣ ਕਰਕੇ ਜਿਹੜੇ ਭਾਰਤੀ ਕਾਰੀਗਰ ਹੈਗੇ ਹੀ ਉਹ ਬੇਕਾਰ ਹੋ ਗਏ ਔਰ ਕੁਝ ਜਿਹੜੇ ਕਾਰੀਗਰ ਹੈਗੇ ਹੀ ਜਿਹੜੇ ਵਧੀਆ ਕਾਰੀਗਰ ਹੈਗੇ ਹੀ ਉਹਨਾਂ ਦੇ ਨਾਲ ਜਿਹੜੀ ਇੰਗਲੈਂਡ ਦੀ ਇੰਸਟ ਇੰਡੀਆ ਕੰਪਨੀ ਹੋਣ ਨੇ ਵੀ ਆਪਣਾ ਕਰਾਰ ਕਰ ਲਿਆ ਕਿ ਉਹਨਾਂ ਦੇ ਕੋਲੋਂ ਸਿੱਧਾ ਉਹਨਾਂ ਨੇ ਮਾਲ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਦੇ ਉੱਤੇ ਵੀ ਰੋਕਾਂ ਲਗਾ ਦਿੱਤੀਆਂ ਕੁਝ ਤਰ੍ਹਾਂ ਕੁਝ ਤਰ੍ਹਾਂ ਦੀਆਂ ਕਿ ਆਪਣਾ ਜਿਵੇਂ ਉਹ ਸਮਾਨ ਬਾਹਰ ਕਿਸੇ ਨੂੰ ਬਣਾ ਕੇ ਨਹੀਂ ਦੇ ਸਕਦੇ ਉਹਨਾਂ ਨੇ ਕਰਾਰ ਕਰ ਲਿਆ ਇੰਗਲੈਂਡ ਦੇ ਨਾਲ ਹੀ ਔਰ ਫਿਰ ਉਹ ਹੌਲੀ-ਹੌਲੀ ਵੀ ਕੀ ਹੋਇਆ ਕਿ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਇਹੋ ਜਿਹਾ ਕਲਚਰ ਵਰਕ ਕਲਚਰ ਇਹੋ ਜਿਹਾ ਸਥਾਪਿਤ ਕਰਤਾ ਉਹਨਾਂ ਕੋ 12 ਘੰਟੇ 14 ਘੰਟੇ ਕੰਮ ਲੈਂਦੇ 16-16 ਘੰਟੇ ਤੱਕ ਵੀ ਉਹਨਾਂ ਕੋ ਕੰਮ ਲਿਆ ਜਾਂਦਾ ਸੀ ਬਟ ਬਦਲੇ ਦੇ ਵਿੱਚ ਉਹਨਾਂ ਨੂੰ ਉਜਰਤ ਜਿਹੜੀ ਘੱਟ ਦਿੱਤੀ ਜਾਂਦੀ ਸੀ ਜਿਹਦੇ ਕਾਰਨ ਉਹ ਵੀ ਜਿਹੜੇ ਆ ਫਿਰ ਆਪਣਾ ਜਿਹੜਾ ਕਾਰੀਗਰ ਹੀ ਜਿਹੜੇ ਉਹ ਵੀ ਆਪਣਾ ਜਿਹੜਾ ਹੀ ਉਦਯੋਗ ਛੱਡ ਗਏ ਕੁਝ ਜਿਹੜੇ ਹੀ ਖੇਤੀਬਾੜੀ 'ਚ ਚਲੇ ਗਏ ਕੁਝ ਹੋਰ ਮਜ਼ਦੂਰੀ ਕਰਨ ਲੱਗੇ ਬਟ ਉਹਨਾਂ ਨੇ ਜਿਹੜੇ ਹੀ ਆਪਣੇ ਜਿਹੜੇ ਕਾਰੀਗਰੀ ਵਾਲਾ ਕੰਮ ਹੀ ਉਹਨਾਂ ਨੇ ਛੱਡ ਦਿੱਤਾ ਜਿਹੜਾ ਭਾਰਤ ਦੀ ਜੇ ਆਪਾਂ ਭਾਰਤ ਦੇ ਕੱਪੜਿਆਂ ਦੀ ਗੱਲ ਕਰੀਏ ਭਾਰਤ ਦੇ ਜਿਹੜੇ ਕੱਪੜੇ ਕੱਪੜਿਆਂ ਦਾ ਉਦਯੋਗ ਸੀ ਉਹ ਪੁਰਾਣੇ ਸਮੇਂ ਤੋਂ ਹੀ ਪੂਰੀ ਦੁਨੀਆ ਦੇ ਵਿੱਚ ਫੇਮਸ ਸੀ ਭਾਰਤ ਦੇ ਕੱਪੜਿਆਂ ਦੀ ਡਿਮਾਂਡ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਹੈਗੀ ਸੀ ਬਟ ਜਦੋਂ ਭਾਰਤ ਦੇ ਉੱਤੇ ਇੰਗਲੈਂਡ ਦਾ ਰਾਜ ਹੋਇਆ ਬਸਤੀ ਸਥਾਪਿਤ ਹੋਈ ইস্ট ਇੰਡੀਆ ਕੰਪਨੀ ਦਾ ਰਾਜ ਹੋਇਆ ਉਹਦੇ ਤੋਂ ਬਾਅਦ ਹੌਲੀ-ਹੌਲੀ ਜਿਹੜਾ ਵਾ ਇਹ ਉਹਨਾਂ ਨੇ ਨੀਤੀਆਂ ਇਹ ਮੀਆਂ ਲਗਾਈਆਂ ਕਿ ਜਿਹੜੇ ਭਾਰਤੀ ਕਾਰੀਗਰ ਹੀ ਉਹ ਬੇਕਾਰ ਹੋ ਗਏ ਬੇਰੋਜ਼ਗਾਰ ਹੋ ਗਏ ਤੇ ਉਹ ਜਿਹੜਾ ਕੱਪੜਿਆਂ ਦਾ ਜੱਦੀ ਪੁਸ਼ਤੀ ਜਿਹੜਾ ਉਹ ਪੁਰਾਣੇ ਕਾਫੀ ਸਮੇਂ ਤੋਂ ਜਿਹੜਾ ਵਾ ਕੰਮ ਕਰਦੇ ਆਉਣ ਦੇ ਹੀ ਪੀੜੀ ਦਰ ਪੀੜੀ ਉਹ ਉਹਨੂੰ ਛੱਡ ਕੇ ਉਸ ਕੰਮ ਤੋਂ ਦੂਰ ਹੋ ਗਏ ਇਹਦਾ ਆਨਸਰ ਈਗਾ ਬੇਕਾਰ ਬੇਕਾਰ ਹੋ ਗਏ ਭਾਰਤੀ ਕਾਰੀਗਰ ਬੇਕਾਰ ਹੋ ਗਏ ਇੰਗਲੈਂਡ ਵਿੱਚ ਕ੍ਰਾਂਤੀਆਂ ਉਹਨਾਂ ਨਾਲ ਭਾਰਤ ਵਿੱਚ ਕੱਪੜਾ ਵਪਾਰ ਦਾ ਕੱਪੜਾ ਵਪਾਰ ਦਾ ਡੈਸ਼ ਹੋਣਾ ਸ਼ੁਰੂ ਹੋ ਗਿਆ ਪਤਨ ਜਦੋਂ ਤੁਹਾਨੂੰ ਦੱਸਿਆ ਕਿ ਭਾਰਤ ਦਾ ਜਿਹੜਾ ਕੱਪੜਾ ਵਪਾਰ ਹੀ ਬਹੁਤ ਜ਼ਿਆਦਾ ਫੇਮਸ ਸੀਗਾ ਬਹੁਤ ਜ਼ਿਆਦਾ ਡਿਮਾਂਡ ਸੀ ਉਹਦੀ ਦੁਨੀਆ ਦੇ ਵਿੱਚ ਪਰ ਜਦੋਂ ਇੰਗਲੈਂਡ ਦੇ ਵਿੱਚ ਕ੍ਰਾਂਤੀ ਆ ਗਈ ਉਦਯੋਗੀ ਕ੍ਰਾਂਤੀ ਆ ਗਈ ਤੇ ਫਿਰ ਭਾਰਤ ਦੇ ਕੱਪੜੇ ਵਪਾਰ ਦਾ ਜਿਹੜਾ ਸੀ ਪਤਨ ਉਹ ਸ਼ੁਰੂ ਹੋ ਗਿਆ ਦੇਸੀ ਰਾਜਸਥਾਨ ਦੇ ਰਾਜੇ ਮਹਾਰਾਜੇ ਲਘੂ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਕਰਦੇ ਸਨ ਇਹ ਬਿਲਕੁਲ ਸਹੀ ਹੈਗਾ ਵਾ ਜਿਹੜੇ ਦੇਸੀ ਰਾਜੇ ਮਹਾਰਾਜੇ ਹੈਗੇ ਹੀ ਉਹ ਜਿਹੜੇ ਭਾਰਤ ਦੇ ਵਿੱਚ ਲਘੂ ਉਦਯੋਗ ਹੀ ਉਹਨਾਂ ਦੁਆਰਾ ਜਿਹੜਾ ਤਿਆਰ ਕੀਤਾ ਗਿਆ ਮਾਲ ਹੀ ਉਹਦੀ ਵਰਤੋਂ ਕਰਦੇ ਸਨ ਚਾਹ ਬਣਾਉਣ ਲਈ ਟੀ ਕੰਪਨੀ ਦੀ ਸਥਾਪਨਾ 1834 ਈਸਵੀ ਵਿੱਚ ਡੈਸ਼ ਵਿਖੇ ਕੀਤੀ ਗਈ। ਅਸਾਮ ਵਿੱਚ ਜਿਹੜੀ ਚਾਹ ਕੰਪਨੀ ਦੀ ਸਥਾਪਨਾ ਹੀ ਉਹ 1834 ਦੇ ਵਿੱਚ ਅਸਾਮ ਵਿੱਚ ਕੀਤੀ ਗਈ। ਸੋ ਇਹਦੇ ਨਾਲ ਹੀ ਬੇਟੇ ਤੁਹਾਡਾ ਜਿਹੜਾ ਵਾ ਪਾਠ 11ਵਾਂ ਪਾਠ ਜਿਹੜਾ ਵਾ ਦਸਤਕਾਰੀ ਤੇ ਉਦਯੋਗ ਉਹਦੇ MCQਸ ਕੰਪਲੀਟ ਹੋ ਗਏ ਆ। ਸੋ ਹਾਰਡਵਰਕ ਦੇ ਨਾਲ ਆਪਣੇ ਨਾਲ ਬੇਟੇ ਇਹਨਾਂ ਨੂੰ ਯਾਦ ਕਰੋ ਪੜੋ ਚੰਗੀ ਤਰ੍ਹਾਂ ਲਰਨ ਕਰੋ ਇਹਨਾਂ ਨੂੰ ਔਰ ਪੇਪਰਾਂ ਦੀ ਵਧੀਆ ਤਰੀਕੇ ਤੇ ਤਿਆਰੀ ਕਰੋ ਸੋ ਆ ਸਕੇ ਤੁਸੀਂ ਸਾਰੇ ਜਿਹੜੇ ਆ ਵਧੀਆ ਨੰਬਰ ਲੈ ਕੇ ਪੇਪਰਾਂ ਦੇ ਵਿੱਚੋਂ ਸਕਸੈਸਫੁਲ ਹੋਗੇ ਸੋ ਜਲਦ ਮਿਲਾਂਗੇ ਆਪਾਂ ਦੂਸਰੀ ਵੀਡੀਓ ਦੇ ਵਿੱਚ ਦੁਬਾਰਾ ਨਵੇਂ ਪਾਠ ਦੇ ਨਾਲ ਸੋ ਤੱਕਦੇ ਰਹੇ ਦਿਲੀ ਅਲਵਿਦਾ ਬੇਟੇ